ਰਾਗ ਮਲਾਰ ਚੌਪਦੇ ਮਹੱਲਾ ਪਹਿਲਾ ਘਰ ਪਹਿਲਾ। ਇਹ ਚਾਰ ਪਦਿਆਂ ਵਾਲੀ ਬਾਣੀ ਰਾਗ ਮਲਾਰ ਦੇ ਪਹਿਲੇ ਘਰ ਵਿੱਚ ਉਚਾਰਨ ਕੀਤੀ ਹੋਈ ਧੰਨ ਗੁਰੂ ਨਾਨਕ ਦੇਵ ਜੀ ਦੀ ਹੈ। ਇੱਕਿਓਂਕਾਰ ਅਕਾਲ ਪੁਰਖ ਇੱਕ ਹੈ। ਸਤਨਾਮ ਜਿਸ ਦਾ ਨਾਮ ਹੋਂਦ ਵਾਲਾ ਹੈ। ਕਰਤਾ ਪੁਰਖ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿੱਚ ਵਿਆਪਕ ਹੈ। ਨਿਰਭਉ ਜੋ ਭੈ ਤੋਂ ਰਹਿਤ ਹੈ। ਨਿਰਵੈਰ ਜੋ ਵੈਰ ਰਹਿਤ ਹੈ। ਅਕਾਲ ਮੂਰਤ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, ਭਾਵ ਜਿਸ ਦਾ ਸਰੀਰ ਨਾਸ਼ ਰਹਿਤ ਹੈ। ਅਜੂਨੀ ਜੋ ਜੂਨਾਂ ਵਿੱਚ ਨਹੀਂ ਆਉਂਦਾ। ਸੈਵੰ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੀ ਹੋਇਆ ਹੈ। ਗੁਰਪ੍ਰਸਾਦ ਅਤੇ ਜੋ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਨਿਰਾ ਖਾਣ ਪੀਣ ਹੱਸਣ ਅਤੇ ਸੌਣ ਦੇ ਆਹਰਾ ਵਿੱਚ ਰਿਹਾ ਜੀਵ ਨੂੰ ਮੌਤ ਭੁੱਲ ਜਾਂਦੀ ਹੈ। ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਮੌਤ ਭੁੱਲਿਆਂ ਪ੍ਰਭੂਪਤੀ ਨੂੰ ਵਿਸਾਰ ਕੇ ਜੀਵ ਉਹ ਕੰਮ ਕਰਦਾ ਰਹਿੰਦਾ ਹੈ ਜੋ ਇਸਦੀ ਖੁਆਰੀ ਦਾ ਕਾਰਨ ਬਣਦੇ ਹਨ। ਪ੍ਰਭੂ ਨੂੰ ਵਿਸਾਰ ਕੇ ਜਿਉਣਾ ਫਿਟਕਾਰਯੋਗ ਹੋ ਜਾਂਦਾ ਹੈ। ਸਦਾ ਇੱਥੇ ਕਿਸੇ ਟਿੱਕੇ ਨਹੀਂ ਰਹਿਣਾ, ਫਿਰ ਕਿਉਂ ਨਾ ਜੀਵਨ ਸੁਚੱਜਾ ਬਣਾਇਆ ਜਾਏ। ਪ੍ਰਾਣੀ ਏਕੋ ਨਾਮ ਧਿਆਵੋ। ਹੇ ਪ੍ਰਾਣੀ, ਇੱਕ ਪਰਮਾਤਮਾ ਦਾ ਹੀ ਨਾਮ ਸਿਮਰ। ਆਪਣੀ ਪੱਤ ਸੇਤੀ ਘਰ ਜਾਵੋ ਰਹਾਓ। ਸਿਮਰਨ ਦੀ ਬਰਕਤ ਨਾਲ ਤੂੰ ਆਪਣੀ ਇੱਜ਼ਤ ਨਾਲ ਪ੍ਰਭੂ ਦੇ ਚਰਨਾਂ ਵਿੱਚ ਪਹੁੰਚੇਗਾ। ਤੁਧਨੋ ਸੇਵੇ ਤੁਝ ਕਿਆ ਦੇਵੈ ਹੈ, ਮੰਗੈ ਲੇਵੈ ਹੈ, ਰਹੈ ਨਹੀਂ। ਹੇ ਪ੍ਰਭੂ, ਜਿਹੜੇ ਬੰਦੇ ਤੈਨੂੰ ਸਿਮਰਦੇ ਹਨ ਤੇਰਾ ਤਾਂ ਕੁਝ ਨਹੀਂ ਸਵਾਰਦੇ, ਕਿਉਂਕਿ ਤੈਨੂੰ ਉਹ ਕੁਝ ਵੀ ਦੇ ਨਹੀਂ ਸਕਦੇ, ਸਗੋਂ ਤੇਥੋਂ ਮੰਗਦੇ ਹੀ ਮੰਗਦੇ ਹਨ ਅਤੇ ਤੇਤੋਂ ਦਾਤਾਂ ਨਿੱਤ ਲੈਂਦੇ ਹੀ ਰਹਿੰਦੇ ਹਨ। ਤੇਰੇ ਦਰ ਤੋਂ ਮੰਗਣੋਂ ਬਿਨਾਂ ਰਹਿ ਨਹੀਂ ਸਕਦੇ। ਤੂੰ ਦਾਤਾ ਜੀਆ ਸਭਨਾ ਕਾ, ਜੀਆ ਅੰਦਰ ਜੀਓ ਤੂੰ ਹੀ। ਤੂੰ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ। ਜੀਵਾਂ ਦੇ ਸਰੀਰਾਂ ਵਿੱਚ ਜਿੰਦ ਵਿੱਚ ਵੀ ਤੂੰ ਆਪ ਹੀ ਹੈ। ਗੁਰਮੁਖ ਧਿਆਵੈ ਹੈ ਸੇ ਅੰਮ੍ਰਿਤ ਪਾਵੈ ਹੈ, ਸੇ ਹੀ ਸੂਚੇ ਹੋਈ। ਜਿਹੜੇ ਬੰਦੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਜਪਦੇ ਹਨ ਉਹ ਆਤਮਕ ਜੀਵਨ ਦੇਣ ਵਾਲਾ ਨਾਮ ਅੰਮ੍ਰਿਤ ਹਾਸਲ ਕਰਦੇ ਹਨ, ਉਹੀ ਸੁੱਚੇ ਜੀਵਨ ਵਾਲੇ ਬਣਦੇ ਹਨ। ਅਹਿਨਸ ਨਾਮ ਜਪੋ ਰੇ ਪ੍ਰਾਣੀ, ਮੈਲੇ ਹੱਛੇ ਹੋਹੀ। ਤਾਂ ਤੇ ਹੇ ਪ੍ਰਾਣੀ, ਦਿਨ ਰਾਤ ਪਰਮਾਤਮਾ ਦਾ ਨਾਮ ਜਪੋ। ਭੈੜੇ ਆਚਰਣ ਵਾਲੇ ਬੰਦੇ ਵੀ ਨਾਮ ਜਪ ਕੇ ਚੰਗੇ ਬਣ ਜਾਂਦੇ ਹਨ। ਜੇਹੀ ਰੁੱਤ ਕਾਇਆ ਸੁਖ ਤੇਹਾ, ਤੇਹੋ ਜੇਹੀ ਦੇਹੀ। ਇਨਸਾਨੀ ਜੀਵਨ ਵਾਸਤੇ ਦੋ ਹੀ ਰੁੱਤਾਂ ਹਨ, ਸਿਮਰਨ ਅਤੇ ਨਾਮਹੀਣਤਾ। ਇਹਨਾਂ ਵਿੱਚੋਂ ਜਿਹੜੀ ਰੁੱਤ ਦੇ ਪ੍ਰਭਾਵ ਹੇਠ ਮਨੁੱਖ ਜੀਵਨ ਗੁਜ਼ਾਰਦਾ ਹੈ, ਇਸ ਦੇ ਸਰੀਰ ਨੂੰ ਉਹੋ ਜਿਹਾ ਹੀ ਸੁੱਖ ਜਾਂ ਦੁੱਖ ਮਿਲਦਾ ਹੈ। ਉਸੇ ਪ੍ਰਭਾਵ ਅਨੁਸਾਰ ਹੀ ਇਸ ਦਾ ਸਰੀਰ ਢਲਦਾ ਰਹਿੰਦਾ ਹੈ।
ਇਸ ਦੇ ਗਿਆਨ ਇੰਦਰੇ ਢਾਲਦੇ ਰਹਿੰਦੇ ਹਨ। ਨਾਨਕ ਰੁੱਤ ਸੁਹਾਵੀ ਸਾਈ, ਬਿਨ ਨਾਵੈ ਰੁੱਤ ਕੇਹੀ। ਹੇ ਨਾਨਕ, ਮਨੁੱਖ ਵਾਸਤੇ ਉਹੀ ਰੁੱਤ ਸੋਹਣੀ ਹੈ ਜਦੋਂ ਇਹ ਨਾਮ ਸਿਮਰਦਾ ਹੈ। ਨਾਮ ਸਿਮਰਨ ਤੋਂ ਬਿਨਾਂ ਕੁਦਰਤ ਦੀ ਬਦਲਦੀ ਕੋਈ ਵੀ ਰੁੱਤ ਇਸ ਨੂੰ ਲਾਭ ਨਹੀਂ ਦੇ ਸਕਦੀ। ਮਲਾਰ ਮਹੱਲਾ ਪਹਿਲਾ। ਰਾਗ ਮਲਾਰ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਕਰੋ ਬਿਨੋ ਗੁਰ ਆਪਣੇ ਪ੍ਰੀਤਮ, ਹਰ ਵਾਰ ਆਣ ਮਿਲਾਵੈ। ਮੈਂ ਆਪਣੇ ਗੁਰੂ ਪ੍ਰੀਤਮ ਅੱਗੇ ਬੇਨਤੀ ਕਰਦੀ ਹਾਂ, ਗੁਰੂ ਹੀ ਪਤੀ ਪ੍ਰਭੂ ਨੂੰ ਲਿਆ ਕੇ ਮਿਲਾ ਸਕਦਾ ਹੈ। ਸੁਨ ਘਨ ਕੋਰ ਸੀਤਲ ਮਨ ਮੋਰਾ, ਲਾਲ ਰਤੀ ਗੁਣ ਗਾਵੈ। ਜਿਵੇਂ ਵਰਖਾ ਰੁੱਤੇ ਬੱਦਲਾਂ ਦੀ ਗਰਜ ਸੁਣ ਕੇ ਮੋਰ ਪੈਲਾ ਪਾਉਂਦਾ ਹੈ, ਤਿਵੇਂ ਗੁਰੂ ਦੇ ਸ਼ਬਦ ਬੱਦਲਾਂ ਦੀ ਗਰਜ ਸੁਣ ਕੇ ਮੇਰਾ ਮਨ ਠੰਡਾ ਠਾਰ ਹੁੰਦਾ ਹੈ। ਮਨ ਦੀ ਵਿਕਾਰਾਂ ਦੀ ਤਪਸ਼ ਪੁੱਜ ਜਾਂਦੀ ਹੈ। ਮੇਰੀ ਜਿੰਦ ਪ੍ਰੀਤਮ ਪ੍ਰਭੂ ਦੇ ਪਿਆਰ ਵਿੱਚ ਰੰਗ ਕੇ ਉਸ ਦੀ ਸਿਰ ਸਲਾਹ ਕਰਦੀ ਹੈ। ਬਰਸ ਘਣਾ ਮੇਰਾ ਮਨ ਪੀਨਾ, ਹੇ ਬੱਦਲ ਵਰਖਾ ਕਰ, ਹੇ ਗੁਰੂ ਨਾਮ ਦੀ ਵਰਖਾ ਕਰ, ਤਾਂ ਕਿ ਮੇਰਾ ਮਨ ਉਸ ਵਿੱਚ ਭਿੱਜ ਜਾਏ। ਅੰਮ੍ਰਿਤ ਬੂੰਦ ਸੁਹਾਨੀ ਹੀਰੈ, ਗੁਰਮੋਹੀ ਮਨ ਹਰ ਰਸ ਲੀਨਾ। ਰਹਾਓ, ਜਿਸ ਸੁਭਾਗ ਜੀਵ ਇਸਤਰੀ ਨੂੰ ਗੁਰੂ ਨੇ ਆਪਣੇ ਪਿਆਰ ਵਸ ਕਰ ਲਿਆ, ਉਸਦਾ ਮਨ ਪਰਮਾਤਮਾ ਦੇ ਰਸ ਵਿੱਚ ਲੀਨ ਰਹਿੰਦਾ ਹੈ। ਉਸਦੇ ਹਿਰਦੇ ਵਿੱਚ ਨਾਮ ਅੰਮ੍ਰਿਤ ਦੀ ਬੂੰਦ ਠੰਡ ਪਾਉਂਦੀ ਹੈ, ਸੁੱਖ ਦਿੰਦੀ ਹੈ। ਸਹਿਜ ਸੁਖੀ ਵਰ ਕਾਮਣ ਪਿਆਰੀ, ਜਿਸ ਗੁਰਬਚਨੀ ਮਨ ਮਾਨਿਆ। ਜਿਸ ਜੀਵ ਇਸਤਰੀ ਦਾ ਮਨ ਗੁਰੂ ਦੇ ਬਚਨਾਂ ਵਿੱਚ, ਗੁਰੂ ਦੀ ਬਾਣੀ ਵਿੱਚ ਗਿੱਜ ਜਾਂਦਾ ਹੈ, ਕਸਮ ਪ੍ਰਭੂ ਦੀ ਉਹ ਪਿਆਰੀ ਇਸਤਰੀ ਅਡੋਲ ਅਵਸਥਾ ਵਿੱਚ ਆਤਮਕ ਸੁੱਖ ਮਾਣਦੀ ਹੈ। ਹਰ ਵਾਰ ਨਾਰ ਪਈ ਸੋਹਾਗਣ, ਮਨ ਤਨ ਪ੍ਰੇਮ ਸੁਖਾਨਿਆ। ਪ੍ਰਭੂ ਨੂੰ ਆਪਣਾ ਖਸਮ ਬਣਾ ਕੇ ਉਹ ਜੀਵ ਇਸਤਰੀ ਭਾਗਾ ਵਾਲੀ ਹੋ ਜਾਂਦੀ ਹੈ। ਉਸਦੇ ਮਨ ਵਿੱਚ, ਉਸਦੇ ਤਨ ਵਿੱਚ ਪ੍ਰਭੂ ਦਾ ਪਿਆਰ ਆਤਮਕ ਸੁੱਖ ਪੈਦਾ ਕਰਦਾ ਹੈ। ਆਵਗਣ ਤਿਆਗ ਪਈ ਬੈਰਾਗਣ, ਅਸਥਿਰ ਵਰ ਸੁਹਾਗ ਹਰੀ। ਉਹ ਇਸਤਰੀ ਔਗਣ ਤਿਆਗ ਕੇ ਪ੍ਰਭੂ ਚਰਨਾਂ ਦੀ ਵੈਰਾਗਣ ਹੋ ਜਾਂਦੀ ਹੈ। ਸਦਾ ਕਾਇਮ ਰਹਿਣ ਵਾਲਾ ਹਰੀ ਉਸਦਾ ਸੁਹਾਗ ਬਣ ਜਾਂਦਾ ਹੈ, ਉਸਦਾ ਖਸਮ ਬਣ ਜਾਂਦਾ ਹੈ। ਸੋਗ ਵਿਯੋਗ ਤਿਸ ਕਦੇ ਨਾ ਵਿਆਪੈ, ਹਰ ਪ੍ਰਭ ਆਪਣੀ ਕਿਰਪਾ ਕਰੀ। ਜਿਸ ਜੀਵ ਇਸਤਰੀ ਉੱਤੇ ਹਰੀ ਪ੍ਰਭੂ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ, ਉਸ ਉੱਤੇ ਮੋਹ ਆਦਿਕ ਦੀ ਚਿੰਤਾ ਜਾਂ ਪ੍ਰਭੂ ਚਰਨਾਂ ਤੋਂ ਵਿਛੋੜਾ ਕਦੇ ਜ਼ੋਰ ਨਹੀਂ ਪਾ ਸਕਦਾ। ਆਵਣ ਜਾਣ ਨਹੀਂ ਮਨ ਨਿਹਚਲ, ਪੂਰੇ ਗੁਰ ਕੀ ਓਟ ਗਹੀ। ਜਿਸ ਜੀਵ ਇਸਤਰੀ ਨੇ ਪੂਰੇ ਗੁਰੂ ਦਾ ਪੱਲਾ ਫੜਿਆ ਹੈ, ਉਸਦਾ ਮਨ ਵਿਕਾਰਾਂ ਵੱਲੋਂ ਅਡੋਲ ਹੋ ਜਾਂਦਾ ਹੈ, ਭਾਵ ਵਿਕਾਰਾਂ ਵੱਲ ਨਹੀਂ ਡੋਲਦਾ। ਉਸਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਨਾਨਕ ਰਾਮ ਨਾਮ ਜਪ ਗੁਰਮੁਖ, ਧਨ ਸੁਹਾਗਣ ਸੱਚ ਸਹੀ। ਹੇ ਨਾਨਕ, ਉਹੀ ਜੀਵ ਇਸਤਰੀ ਗੁਰੂ ਦੇ ਰਾਹੀਂ ਪ੍ਰਭੂ ਦਾ ਨਾਮ ਜਪ ਕੇ ਭਾਗਾ ਵਾਲੀ ਹੋ ਜਾਂਦੀ ਹੈ। ਉਹ ਠੀਕ ਅਰਥਾਂ ਵਿੱਚ ਸਦਾ ਸਿਰ ਪ੍ਰਭੂ ਦਾ ਰੂਪ ਹੋ ਜਾਂਦੀ ਹੈ।
ਮਲਹਾਰ ਮਹੱਲਾ ਪਹਿਲਾ। ਰਾਗ ਮਲਹਾਰ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਸਾਚੀ ਸੁਰਤ ਨਾਮ ਨਹੀਂ ਤ੍ਰਿਪਤੇ, ਹੋ ਮੈਂ ਕਰਤ ਗਵਾਇਆ। ਜਿਨ੍ਹਾਂ ਦੀ ਸੁਰਤ ਅਡੋਲ ਹੋ ਕੇ ਪ੍ਰਭੂ ਦੇ ਨਾਮ ਵਿੱਚ ਨਹੀਂ ਜੁੜੀ, ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਪਰਤ ਨਹੀਂ ਸਕੇ। ਮੈਂ ਵੱਡਾ ਬਣ ਜਾਵਾਂ, ਮੈਂ ਵੱਡਾ ਬਣ ਜਾਵਾਂ, ਇਹ ਆਖ ਆਖ ਕੇ ਉਹਨਾਂ ਆਪਣਾ ਜੀਵਨ ਗਵਾ ਲਿਆ। ਪਰ ਧਨ ਪਰ ਨਾਰੀ ਰਤ ਨਿੰਦਾ, ਵਿਖ ਖਾਈ ਦੁੱਖ ਪਾਇਆ। ਉਹਨਾਂ ਦਾ ਮਨ ਪਰਾਏ ਧਨ, ਪਰਾਈ ਇਸਤਰੀ ਅਤੇ ਪਰਾਈ ਨਿੰਦਿਆ ਵਿੱਚ ਮਸਤ ਰਿਹਾ ਹੈ। ਉਹ ਸਦਾ ਪਰ ਧਨ, ਪਰ ਨਾਰੀ, ਪਰ ਨਿੰਦਾ ਦੀ ਜ਼ਹਿਰ ਖਾਂਦੇ ਰਹੇ, ਆਤਮਕ ਖੁਰਾਕ ਬਣਾਈ ਰੱਖੀ ਅਤੇ ਦੁੱਖ ਹੀ ਸਹੇੜਦੇ ਰਹੇ। ਸ਼ਬਦ ਚੀਨ ਪੈ ਕਪਟ ਨਾ ਛੂਟੇ, ਮਨ ਮੁੱਖ ਮਾਇਆ ਮਾਇਆ। ਸਿਫ਼ ਸਲਾਹ ਦੀ ਬਾਣੀ ਨੂੰ ਵਿਚਾਰ ਕੇ ਉਹਨਾਂ ਦੇ ਦੁਨੀਆਂ ਵਾਲੇ ਡਰ ਅਤੇ ਛਲ ਨਾ ਮੁੱਕੇ। ਉਹਨਾਂ ਦੇ ਮਨ ਵਿੱਚ ਵੀ ਮਾਇਆ ਦੀ ਲਗਨ ਹੀ ਰਹੀ, ਉਹਨਾਂ ਦੇ ਮੂੰਹ ਵਿੱਚ ਵੀ ਮਾਇਆ ਦੀ ਦੰਦ ਕਥਾ ਹੀ ਰਹੀ। ਅਜਗਰ ਭਾਰ ਲੱਦੇ ਅਤ ਭਾਰੀ, ਮਰ ਜਨਮੇ ਜਨਮ ਗਵਾਇਆ। ਉਹ ਸਦਾ ਮਾਇਆ ਦੇ ਮੋਹ ਦੇ ਬੇਅੰਤ ਵੱਡੇ ਭਾਰ ਹੇਠ ਲੱਦੇ ਰਹੇ, ਜਨਮ ਮਰਨ ਦੇ ਗੇੜ ਵਿੱਚ ਪੈ ਕੇ ਉਹਨਾਂ ਜੀਵਨ ਅਜਾਈ ਗਵਾ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।